ਜਦੋਂ ਉੱਥੇ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਉਦੋਂ ਸਾਰਾ ਕੁਝ ਹੋ ਗਿਆ ਸੀ ਉਦੋਂ ਬਿਨਾਂ ਵਜ੍ਹਾ ਕਿਉਂ ਉੱਠਿਆ ਗਿਆ ਨਿਸ਼ਾਨ ਸਾਹਿਬ ਚਲਾਤੇ ਕੌਮ ਦੇ ਵਿੱਚ ਕੋਈ ਘਾਟ ਨਹੀਂ ਜੇ ਘਾਟ ਆ ਤਾਂ ਸਾਡੇ ਆਗੂਆਂ ਦੇ ਵਿੱਚ ਤੁਹਾਡੀ ਨਿਗਾਹ ਦੇ ਵਿੱਚ ਕਿਹੜੇ ਐਸੇ ਆਗੂ ਨੇ ਜਿਹੜੇ ਕੌਮ ਦੀ ਗਵਾਹੀ ਸੱਚੇ ਮਨ ਦੇ ਨਾਲ ਕਰਦੇ ਸਾਨੂੰ ਦਿਓ ਟਾਈਮ ਫਿਰ ਅਸੀਂ ਦੱਸਦੇ ਹਾਂ ਵੀ ਤੁਹਾਨੂੰ ਇੱਕ ਮਹੀਨੇ ਦਾ ਸਾਨੂੰ ਟਾਈਮ ਦੇ ਦਿਓ ਪੰਜਾਬ ਸਰਕਾਰ ਸਾਨੂੰ ਸਮਾਵੋ ਫਿਰ ਦੱਸਾਂਗੇ ਵੀ ਅਸੀਂ ਕਿਹੜੇ ਕਿਹੜੇ ਨੇ ਕਿਵੇਂ ਅਸੀਂ ਇਹਨਾਂ ਨੂੰ ਟੰਗਦੇ ਹਾਂ ਸਾਰਿਆਂ ਨੂੰ ਸਾਫ ਦੇ ਦਿਆਂਗੇ ਸਿੱਖ ਕੌਮ ਨੂੰ ਸਮਾਓ ਸਾਨੂੰ ਇੱਕ ਮਹੀਨਾ ਦਾ ਟਾਈਮ ਜੇ ਉਹ ਸਾਡੇ ਹਵਾਲੇ ਕਰੋ ਉੱਪਰ ਸਰਕਾਰ ਇਸ ਬੇਆਦਮੀਆਂ ਦਾ ਮਾਸਟਰ ਮਾਈਂਡ ਹੋਵੇ ਉਹਦਾ ਚੇਲਾ ਆਈ ਜੀ ਲੱਗ ਜੇ ਵਿਰੋਧ ਕਹੀ ਅਸੀਂ ਤਾਂ ਕਹਿੰਦੇ ਹਾਂ ਵੀ ਉਹਨੂੰ ਹਟਾਓ ਪਰੇ ਹੋਰ ਕੋਈ ਲਾ ਦਿਓ ਹੋਰ ਕੋਈ ਬੰਦੇ ਹੈ ਨਹੀਂ ਕਿ ਕਾਬਲੀਅਤ ਨਹੀਂ ਕਿਸੇ ਦੇ ਵਿੱਚ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਹਾਂ ਸਨ 2015 ਦੇ ਵਿੱਚ ਇੱਕ ਸਿਲਸਿਲਾ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਲਗਾਤਾਰ ਸ਼ੁਰੂ ਹੋ ਜਾਂਦੀਆਂ ਨੇ ਜਿਸ ਦਾ ਇਨਸਾਫ ਮੰਗਣ ਦੇ ਲਈ ਸਿੱਖ ਸੰਗਤ ਦੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਪਰ ਧਰਨੇ ਪ੍ਰਦਰਸ਼ਨ ਕਰ ਰਹੀ ਸੰਗਤ ਦੇ ਉੱਪਰ ਹੀ ਗੋਲੀ ਚੱਲ ਕੇ ਜਿਹੜੇ ਨੇ ਦੋ ਸਿੱਖ ਸ਼ਹੀਦ ਹੋ ਜਾਂਦੇ ਨੇ ਉਹਨਾਂ ਸ਼ਹੀਦ ਸਿੰਘਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਇਨਸਾਫ ਦਿਵਾਉਣ ਦੇ ਲਈ ਬਹਿਬਲ ਕਲਾਂ ਦੇ ਵਿੱਚ ਲਗਾਤਾਰ ਮੋਰਚੇ ਲੱਗੇ ਹੋਏ ਨੇ ਅੱਜ ਵੱਡਾ ਇਕੱਠ ਰੱਖਿਆ ਗਿਆ ਸੀ ਵੱਖ ਵੱਖ ਸਿੱਖ ਬੁੱਧੀਜੀਵੀ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਨਸਾਫ ਦੀ ਮੰਗ ਲਗਾਤਾਰ ਸਮੇਂ ਦੀਆਂ ਸਰਕਾਰਾਂ ਤੋਂ ਕੀਤੀ ਜਾ ਰਹੀ ਆ ਨਿਹੰਗ ਸਿੰਘ ਜਥੇਬੰਦੀਆਂ ਵੀ ਇਸ ਮੋਰਚੇ ਦੇ ਵਿੱਚ ਪਹੁੰਚੀਆਂ ਨੇ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਮੌਜੂਦ ਨੇ ਜਿਹੜੇ ਦਿੱਲੀ ਮੋਰਚੇ ਦੇ ਵਿੱਚ ਇੱਕ ਬਹੁਤ ਵੱਡੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਇੱਕ ਚੰਗੇ ਤਰੀਕੇ ਨਾਲ ਕੀਤੀ ਸੀ ਅੱਜ ਇੱਥੇ ਪਹੁੰਚੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ 2015 ਤੋਂ 2022 ਆ ਚੁੱਕਿਆ 7 ਸਾਲ ਹੋ ਚੁੱਕੇ ਨੇ ਲਗਾਤਾਰ ਧਰਨੇ ਹੁੰਦੇ ਨੇ ਜੇਕਰ ਧਰਨੇ ਲੱਗਦੇ ਨੇ ਤਾਂ ਗੋਲੀ ਚੱਲ ਜਾਂਦੀ ਆ ਇਨਸਾਫ ਨਹੀਂ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਾਬਾ ਜੱਗੀ ਜੀ ਪੰਧੇਰ ਵਾਲੇ ਜਿਨ੍ਹਾਂ ਨੇ ਉੱਥੇ ਮੋਰਚੇ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਉਹ ਵੀ ਸਾਡੇ ਨਾਲ ਆਏ ਨੇ ਦੇਖੋ ਪੰਜਾਬ ਦੇ ਜੰਮਿਆਂ ਨੂੰ ਨਿੱਤ ਨਿੱਤ ਮਹਿਮਾ ਜਿਹੜਾ ਖਾਲਸੇ ਦਾ ਜੀਵਨ ਹੈ ਇਹ ਸੰਘਰਸ਼ਮਈ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੱਕ ਅਸੀਂ ਉਹਨਾਂ ਨੇ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਨੀਂਹ ਰੱਖੀ 10ਵੇਂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਇਸ ਪੰਥ ਨੂੰ ਅਮਲੀ ਜਾਮਾ ਪਹਿਨਾਇਆ ਅਤੇ 42 ਸਾਲਾਂ ਦੀ ਸਤਿਗੁਰਾਂ ਦੀ ਆਜੂ ਸੀ ਸਰੀਰ ਕਰਕੇ ਅਤੇ ਉਸ ਦੇ ਵਿੱਚ ਉਹਨਾਂ ਦੇ ਸਾਰਾ ਜਿਹੜਾ ਸੰਘਰਸ਼ ਸੀ 10ਵੇਂ ਪਾਤਸ਼ਾਹ ਮਹਾਰਾਜ ਦਾ ਜੰਗਾਂ ਯੁੱਧਾਂ ਦੇ ਵਿੱਚ ਹੀ ਗੁਜ਼ਰਿਆ 14 ਜੰਗਾਂ ਸਤਿਗੁਰਾਂ ਨੇ ਲੜੀਆਂ ਅਤੇ ਜਿੱਤੀਆਂ ਸਾਰਾ ਸੰਘਰਸ਼ਮਈ ਜੀਵਨ ਉਹਨਾਂ ਦਾ ਰਿਹਾ ਅਤੇ ਉਸ ਤੋਂ ਬਾਅਦ ਖਾਲਸਾ ਪੰਥ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵਿੱਚ ਤੋਰਿਆ ਅਤੇ ਉਹਨਾਂ ਨੇ ਰਾਜ ਭਾਗ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ ਫਿਰ ਸਾਡੇ ਗਦਾਰਾਂ ਨੇ ਸਾਥੋਂ ਜਿਹੜਾ ਰਾਜ ਭਾਗ ਸੀ ਉਹ ਖੋਹ ਲਿਆ ਅਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਮਾਂ ਚੱਲ ਰਿਹਾ 2015 ਦੇ ਵਿੱਚ ਜਿਹੜਾ ਇੱਥੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਮਹਾਰਾਜਾ ਸਰੂਪ ਚੋਰੀ ਹੋਇਆ ਉਹਨੂੰ ਬਾਦਲ ਸਰਕਾਰ ਸੀਗੀ ਜੇ ਸਿੱਖ ਸੰਗਤਾਂ ਨੇ ਧਰਨੇ ਲੈ ਕੇ ਇਨਸਾਫ ਮੰਗਿਆ ਇਸ ਜਗ੍ਹਾ ਦੇ ਉੱਤੇ ਧਰਨਾ ਲੱਗਿਆ ਸੀ ਉੱਥੇ ਗੋਲੀ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਅਤੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਬਰਗਾੜੀ ਦਾ ਮੋਰਚਾ ਲੱਗਿਆ ਜਦੋਂ ਮੋਰਚਾ ਫਤਿਹ ਹੋਣ ਦੀ ਗੱਲ ਆਉਂਦੀ ਉਹ ਸਾਡੇ ਆਗੂ ਭੱਜ ਜਾਂਦੇ ਨੇ ਇਸ ਕਰਕੇ ਅੱਜ ਵੀ ਅਸੀਂ ਇਨਸਾਫ ਲੈਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਇਨਸਾਫ ਲੈ ਕੇ ਹਟਾਂਗੇ ਅਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਆਓ ਆਪਾਂ ਇੱਕ ਮੰਚ 'ਤੇ ਇਕੱਠੇ ਹੋ ਕੇ ਚੰਗੇ ਕਿਸੇ ਆਗੂ ਨੂੰ ਆਪਣਾ ਇਸ ਦੀ ਗਵਾਹੀ ਦਈਏ ਪੰਥ ਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਨਸਾਫ ਵੀ ਮਿਲ ਸਕੇ ਅਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਜਿਹੜਾ ਰਾਜ ਭਾਗ ਉਹ ਵੀ ਕਾਇਮ ਕਰ ਸਕੀਏ ਬਾਬਾ ਜੀ ਤੁਸੀਂ ਕਿਹਾ ਕਿ ਜਦੋਂ ਇਨਸਾਫ ਮਿਲਣ ਦਾ ਸਮਾਂ ਆਇਆ ਤਾਂ ਆਗੂ ਭੱਜ ਜਾਂਦੇ ਨੇ ਕਿਤੇ ਇਹੀ ਤਰਾਸਦੀ ਤਾਂ ਨਹੀਂ ਕਿ ਜਦੋਂ ਇਨਸਾਫ ਆਉਂਦਾ ਤਾਂ ਆਗੂ ਪਿੱਛੇ ਹਟ ਜਾਂਦੇ ਨੇ ਕਿਤੇ ਇਨਸਾਫ ਜਿਹੜਾ ਆਪਣੇ ਸਿੱਖ ਆਗੂਆਂ ਦੀ ਵਜ੍ਹਾ ਦੇ ਨਾਲ ਤਾਂ ਨਹੀਂ ਲੇਟ ਹੋ ਰਿਹਾ ਇਹੀ ਗੱਲ ਆ ਵੱਡੀ ਜਦੋਂ ਉੱਥੇ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਉਦੋਂ ਸਾਰਾ ਕੁਛ ਹੋ ਗਿਆ ਸੀ ਉਦੋਂ ਬਿਨਾਂ ਵਜ੍ਹਾ ਕਿਉਂ ਉੱਠਿਆ ਗਿਆ ਉਹ ਮੋਰਚਾ ਕਿਉਂ ਨਹੀਂ ਸੰਗਤਾਂ ਦੀ ਰਾਏ ਲਈ ਗਈ ਕਿਸੇ ਦੀ ਅਤੇ ਇਸ ਕਰਕੇ ਕੁਛ ਸਾਡੇ ਆਗੂਆਂ ਦੇ ਵਿੱਚ ਕਮੀਆਂ ਨੇ ਕੌਮ ਦੇ ਵਿੱਚ ਕੋਈ ਕਮੀ ਨਹੀਂ ਕੌਮ ਨੇ ਜੇ ਅੱਜ ਵੀ ਅਸੀਂ ਆਵਾਜ਼ ਮਾਰਦੇ ਹਾਂ ਤਾਂ ਦੇਖੋ ਕਿਵੇਂ ਬੀਹੇ ਨਾ ਘੱਤ ਕੇ ਨੌਜਵਾਨ ਜਥਿਆਂ ਦੇ ਰੂਪ ਦੇ ਵਿੱਚ ਆ ਰਹੇ ਨੇ ਜੇ ਕੌਮ ਨੇ ਆਗੂਆਂ ਨੇ ਇੱਥੋਂ ਆਵਾਜ਼ ਦਿੱਤੀ ਵੀ 15 ਅਗਸਤ ਨੂੰ ਘਰ ਘਰ ਨਿਸ਼ਾਨ ਸਾਹਿਬ ਝੂਲਣੇ ਚਾਹੀਦੇ ਨੇ ਕੇਸਰੀ ਤਾਂ ਘਰ ਘਰ ਪਿੰਡ ਪਿੰਡ ਦੇ ਵਿੱਚ ਨਿਸ਼ਾਨ ਸਾਹਿਬ ਝੁਲਾ ਤੇ ਕੌਮ ਦੇ ਵਿੱਚ ਕੋਈ ਘਾਟ ਨਹੀਂ ਜੇ ਘਾਟ ਆ ਤਾਂ ਸਾਡੇ ਆਗੂਆਂ ਦੇ ਵਿੱਚ ਸਾਨੂੰ ਇੱਕ ਮੰਚ 'ਤੇ ਇਕੱਤਰ ਹੋਣ ਦੀ ਲੋੜ ਆ ਜਿੰਨਾ ਚਿਰ ਅਸੀਂ
साफ दिल दे नाल एक मंच ते नहीं बहिंदे वह आगू बैठना जिहड़े ना कदे विके ने ना जिन्हां ने गदारी कीती आ जिहड़े सच्चे ते सुचे किरदार वाले ने वह एक मंच ते बह जाण फिर गल बननी आ जे असीं फिर बार बार जिन्हां ने सानूं धोखे दित्ते ने असीं उन्हां नूं लिया लिया मूहरे करी जावांगे फिर इंसाफ नहीं मिलना फिर असां तों इंसाफ दी असीं जिहड़ी आ उम्मीद वह छड्ड दईए। ਕਿਹੜਾ ਦਿਖ ਰਿਹਾ ਤੁਸੀਂ ਕਿਹਾ ਕਿ ਜਿਹੜੇ ਨਾ ਕਦੇ ਵਿਕੇ ਨੇ ਨਾ ਕਦੇ ਝੁੱਕ ਨੇ ਅਗਵਾਈ ਇਸ ਮੋਰਚੇ ਦੀ ਜਾਂ ਕੌਮ ਦੀ ਉਹ ਕਰਨ ਤੁਹਾਡੀ ਨਿਗਾਹ ਦੇ ਵਿੱਚ ਕਿਹੜੇ ਐਸੇ ਆਗੂ ਨੇ ਜਿਹੜੇ ਕੌਮ ਦੀ ਅਗਵਾਈ ਸੱਚੇ ਮਨ ਦੇ ਨਾਲ ਕਰ ਸਕਦੇ? ਸਿੱਖ ਸਾਰੀ ਸਿੱਖ ਸੰਗਤ ਸਭ ਜਾਣਦੀ ਆ ਸਾਰਾ ਕੁਝ ਸੰਗਤ ਸਭ ਨੂੰ ਸੰਗਤ ਨੂੰ ਪਤਾ ਵੀ ਕੌਣ ਸੱਚਾ ਕੌਣ ਝੂਠਾ ਸਾਰਿਆਂ ਦੇ ਚਿਹਰੇ ਜਿਹੜੇ ਉਹ ਸਾਹਮਣੇ ਨੇ ਲੋਕਾਂ ਦੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਹਨਾਂ ਨੇ ਵੀ ਤੇ ਜਿਹੜੇ ਇਮਾਨਦਾਰ ਨੇ ਜਿਹੜੇ ਭੱਜੇ ਨਹੀਂ ਉਹ ਵੀ जिन्होंने सदा ही ईमानदारी दिखाई है पंथ प्रति अपना आप निशावर किया अज भी दृढ़ ने सब जानते हैं संगत वो आप ही फैसला कर लूगी संगत नौजवान उन्होंने आप ही गुरु साहब ने कृपा करके उन्होंने मूहरे लिया संगत ने आप ही मूहरे लिया। बाबा जी किस तरह सरकार के रोल में किस तरह देख रहे हो क्योंकि जो कांग्रेस समय कांग्रेस की सरकार के समय नवजोत सिंह सिद्धू कैप्टन अमरिंदर सिंह मौजूदा उस समय के मुख्यमंत्री तो झोलियां अड के इंसाफ मंगया जाता सी एक उम्मीद सी कि हाँ हुण इंसाफ हो सकता उस तो बाद आम आदमी पार्टी सत्ता दे विच आउंदी आ 24 घंटे दे विच हल करन दीआं गल्लां कीतीआं जांदीआं ने पर तकरीबन 5 महीने का समा हो चुके इन सरकारां दे रोल नूं किस तरह देख रहे? देखो जिहड़ी सरकार आ इहनूं गौरमेंट कहिंदे ने जदों गौर हो जाए एक मिंट दे विच कर लैंदी आ जदों लारिआं ते आ जाए फिर सालां बद्धी समान टपा दिंदी आ। बादल सरकार दे वेले कांड होया उस टाइम सरकार कैप्टन ने कहा वी असीं इंसाफ दे सोहां खाधीआं गुटका साहब दीआं मुड़ के सारा कुछ असैंबली दे विच तुसीं देखिआ जदों बरगाड़ी मोर्चा चलदा सी बरगाड़ी मोर्चे ने कम भी बहुत तकड़े कीते ने सारे जिहड़े कहिंदे सी आलम पुलिस साथी पुलिस उह नंगी कीती ते जिहड़े दोषी सीगे सारे उह बरगाड़ी मोर्चे ने अगे लैके आंदे बहुत कुछ कीता ते होर भी जिहड़ी कैप्टन सरकार सी उहने इंसाफ नहीं दित्ता फिर जिहड़े राह बादल तोरिआ लोकां ने गुरू ने ਉਹ ਰਾਹ ਕੈਪਟਨ ਸਰਕਾਰ ਕਾਂਗਰਸ ਸਰਕਾਰ ਤੋਰਦੀ ਜੇ 24 ਘੰਟਿਆਂ ਦੇ ਵਿੱਚ ਇਹ ਕਹਿੰਦੇ ਅਸੀਂ ਇਨਸਾਫ ਦੇਵਾਂਗੇ ਕਹਿੰਦੇ ਸੀਗੇ ਆਪ ਵਾਲੇ ਅੱਜ 5-7 ਮਹੀਨੇ ਬੀਤ ਗਏ ਫਿਰ ਵੀ ਇਨਸਾਫ ਨਹੀਂ ਹੋਇਆ ਤੇ ਫਿਰ ਜੇ ਇਹ ਨਹੀਂ ਇਨਸਾਫ ਦਿੰਦੇ ਤਾਂ ਫਿਰ ਲੋਕ ਨੇ ਜਿਹੜੇ ਉਹ ਇਹਨਾਂ ਨੂੰ ਉਹੀ ਰਾਹ ਤੋਰਨਗੇ। ਤੁਸੀਂ ਕਿਹਾ ਕਿ ਸਰਕਾਰ ਜੇ ਚਾਹੇ 1 ਮਿੰਟ ਦੇ ਵਿੱਚ ਇਨਸਾਫ ਕਰ ਸਕਦੀ ਹੈ ਸਰਕਾਰ ਜੇ ਚਾਹੇ ਸਿੱਖ ਕੌਮ ਜਿਹੜੀ ਆ इंसाफ की उम्मीद की जा सकती है जेकर सरकार देना चाहे हुण की सोचते हो नीत दे विच कमी या फिर सरकार की नीति दे विच कमी दोनों चीज़ों के कमी है नीत दे विच भी नीति दे विच भी कमी आ सरकारां दे विच कमियां ने जे सरकार चाहे सारा कुछ सानू दिओ टाइम फिर असीं दस्सदे आं वी तुहानू 1 महीना सानू टाइम दे दिओ पंजाब सरकार सानू समझाओ फिर दस्सांगे वी असीं किहड़े किहड़े ने किवें असीं इन्हां नूं टंगदे आं सारा इंसाफ दे देंगे सिख कौम नूं समझाओ सानू 1 महीना दा टाइम दिओ साडे हवाले करो पर सरकार जदों करन ते आ जाणा इमानदारी छोटे तो लैके वड्डे तक जदों जिन्ना चिर इमानदार नहीं हुंदे असीं सारे बेईमान सरपंच तो लैके मुख्यमंत्री तक सब बेईमान तुरे फिरदे ने इत्थे जे चंगा इंसाफ होवे इमानदारी होवे जिहड़ा चाहे किड्डे भी अहुदे ते उह तैनात होवे चाहे आई जी होवे चाहे डी जी पी होवे चाहे उह मुख्यमंत्री क्यों ना होवे उहनूं कचहरे दे विच खड़ा करके उहनूं जिहड़ी सज़ा बणदी आ उह देणी योग बणदी आ क्योंकि आने वाले समय से दूजियां नूं भी कम होण कन्न होण पर सारी इत्थे कुत्ती चोरां नाल रली हुई आ ये नहीं होना इस करके जिहड़ी संगत आ उह इनसाफ रहण वास्ते तत्पर आ उह इनसाफ चाहुंदी आ जे नहीं ये इनसाफ देणगे फिर इन्हां नूं भी बादलां वाले कैप्टन वाले राह तुरिया जाऊगा। एडवोकेट जनरल लगाए जाते हैं लोगों वालों सिख संगत वालों कहा जाता है कि सरसे वाला साध जिसका मुख तौर पर नाम बेअदबियां दे विच आउंदा है जिहड़ा अजकल जेल दे विच भी कहदा उसका एडवोकेट रहिंदा है उसका वह शख्सियत जिहड़ी आ वकील रहिंदी है कि हुण उस वकील नूं इन्हां दा एडवोकेट जनरल सरकार वल्लों लगाउणा इंसाफ दी उम्मीद धुंधली तां नहीं हो जाऊगी? वह तो हैगी हुई आ जिहड़ा बंदा इस बेअदबियां दा मास्टरमाइंड होवे उहदा चेला आई जी लग जाए विनोद घई असी तो कहने भी उन्होंने हटाओ परे होर कोई ला दो होर कोई बंदे है नहीं कि काबिलियत नहीं किसी के इतों सरकार का पता लगता भी सरकार बेईमान आ सरकार इंसाफ नहीं देना चाहती। सिख कौम का अगला कदम की हो सकता की वड्डे कदम हो सकते हैं क्योंकि अज वड्डा इकट्ठ रखा गया निहंग सिंह जथेबंदियां की सोच दें कि कौम को अगे ले रणनीति किस तरह की बनानी चाहिए? कौम की वड्डा जिहड़ा साडा प्रोग्राम साडी सोच आ
असी कौम नू एक मंच ते इकट्ठा करना चाहुंदे आ। पंथक एकता दी असी गल करांगे, जिन्हां चिर पंथक एकता नहीं हुंदी उन्हां दा कख नहीं हुंदा। बहुत बहुत शुक्रिया बाबा जी। सो बाबा राजा राज सिंह दे नाल गलबात कीती, वड्डा ऐलान कीता कि एक महीने वास्ते पंजाब सरकार जिहड़ी निहंग सिंह जथेबंदियां दे हवाले कर दित्ती जावे, तां इंसाफ निहंग सिंह जथेबंदियां अपने तरीके दे नाल लै लैणगियां। ते एक निशान साहब दे थल्ले एक मंच दे हेठां इकट्ठे होण दी अपील कीती, संघर्ष बैबल कलां दे विच उसे जगह दे उपर जिथे 2015 दे विच गोली चली सी, उसे जगह दे उपर चल रहा वड्डे ऐलान होण दी अज दे समें दे विच उम्मीद लगाई जा रही है। हुण ओ वड्डे ऐलान की होणगे, किस रूपरेखा वल नूं इह संघर्ष जिहड़ा जाऊगा, की सरकार नूं होर वड्डे चैलेंज इस संघर्ष तों सामना करना पऊगा, यह तो आने वाला समा ही दसेगा। बैबल कलां इंसाफ मोर्चे तो संसारदीप सिंह, पंजाबी लोक चैनल।